ਵੀਰ ਪ੍ਰੀਤ ਅੱਛਾ ਜੀ ਕੱਲ ਜੀ ਸਬਕ ਤੇ ਜੀ ਸਾਰੇ ਵੀਰਪਰਾਮਾਤਾ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਜਿਹੜੇ ਵੀ ਵੀਰਪਰਾ ਆਪਣੇ ਚੈਨਲ ਉੱਪਰ ਨਵੇਂ ਨੇ ਜੀ ਤਾਂ ਹੇਠਾਂ ਦੇ ਘਰੇ ਲਾਲ ਬਟਨ ਨੂੰ ਜ਼ੂੜ ਸਬਸਕ੍ਰਾਈਬ ਕਰ ਲਓ ਜੀ ਨਾ ਲੱਗੇ ਬੈਲ ਆਈਕਨ ਨੂੰ ਆਲ ਤੇ ਪ੍ਰੈਸ ਕਰ ਲਓ ਜੀ ਬਾਕੀ ਜੇਕਰ ਕਿਸੇ ਵੀ ਵੀਰਪਰਾ ਨੇ ਵੀਰੇ ਕਿਸੇ ਵੀ ਸਾਧਨ ਦੀ ਜਾਂ ਕਿਸੇ ਵੀ ਖੇਤੀਬਾੜੀ ਸੰਦ ਦੀ ਐਡ ਲਗਵਾਉਣੀ ਹੋਵੇ ਤਾਂ ਸਕਰੀਨ ਦੇ ਉੱਪਰ ਨੰਬਰ ਸ਼ੋਅ ਰਿਹਾ ਜੀ 88725 82250 ਜੀ ਇਸ ਨੰਬਰ ਤੇ ਤੁਸੀਂ ਵਟਸਐਪ ਰਾਹੀਂ ਕਿਸੇ ਵੀ ਸਾਧੀਆਂ 5 ਤੋਂ 7 ਫੋਟੋਆਂ ਬਾਕੀ ਉਸ ਦੀ ਜਾਣਕਾਰੀ ਸਾਨੂੰ WhatsApp 'ਤੇ ਭੇਜ ਕੇ ਉਸ ਮਸ਼ੀਨਰੀ ਦੀ ਆਪਣੇ ਚੈਨਲ ਦੇ ਉੱਪਰ ਐਡ ਲਗਵਾ ਸਕਦੇ ਹਾਂ ਜੀ। ਹਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ। ਇਸ ਵਕਤ ਤੇ ਜੀ ਸរី ਵੀਰਪ੍ਰਮਾੰਦ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਜੀ ਤੇ ਅੱਜ ਦੀ ਜੋ ਵੀਡੀਓ ਵਿੱਚ ਜੀ ਸਭ ਤੋਂ ਪਹਿਲਾਂ ਜੀ ਤੇ ਟਰਾਲੀਆਂ ਵਕਯੂ ਨੇ ਜੀ ਵੱਖ-ਵੱਖ ਸਾਈਜ਼ ਨੇ ਟਰਾਲੀਆਂ ਦੀ ਜੀ ਕੋਈ 14 ਫੁੱਟੀਆਂ ਜੀ ਤੇ ਕੋਈ 16 ਫੁੱਟੀਆਂ ਤੇ ਕੋਈ 18 ਫੁੱਟੀਆਂ ਜੀ ਟਰਾਲੀ ਤੇ ਵਕ ਵਕ ਸਾਈਜ ਨੇ ਵੀਰੇ ਟਰਾਲੀਆਂ ਦੇ ਬਾਕੀ ਤੁਸੀਂ ਵੀਰਾਂ ਬਈਆਂ ਨਾਲ ਕੰਟੈਕਟ ਕਰ ਲਿਓ ਸਾਰੀ ਡਿਟੇਲ ਵੀਰ ਦੱਸ ਦੇਣਗੇ ਤੁਹਾਨੂੰ ਜੀ ਤੇ ਵੀਰਾਂ ਦਾ ਦੋਨੇ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਹੋ ਰਿਹਾ ਨੇ ਜੀ ਤੇ ਇੱਕ ਟਰਾਲਾ ਜੋ ਤਾਰਾ ਸਿੰਘੋਂ ਭਿਲਕੇ ਦਾ ਬਣਿਆ ਹੋਇਆ ਜੀ ਤੇ ਇੱਕ ਟਰਾਲਾ ਜੈ ਕਿਸਾਨ ਹੁਸ਼ਿਆਰਪੁਰ ਵਾਲਾ ਲੈਂਦਾ ਬਣਿਆ ਹੋਇਆ ਜੀ ਤੇ ਇੱਕ ਟਰਾਲਾ ਜੀ ਨੂਰ ਮਹਿਲਾ ਲੰਦਾ ਬਣਾ ਹੋਇਆ ਹੈ ਬਾਕੀ ਤੁਸੀਂ ਬਾਈਆਂ ਨਾਲ ਕੰਟੈਕਟ ਕਰ ਲਿਓ ਰੇਟ ਵਗੈਰਾ ਬਾਕੀ ਸਾਈਜ਼ ਵਗੈਰਾ ਬਾਕੀ ਏਰੀਆ ਬਾਕੀ ਰੇਟ ਸਾਰੀ ਜਾਣਕਾਰੀ ਤੁਸਨ ਵੀਰ ਕੰਟੈਕਟ ਕਰਕੇ ਦੱਸ ਦੇਣਗੇ ਜੀ ਤੇ ਬਾਈਆਂ ਦੇ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰੇ ਨੇ ਜੀ ਤੇ ਪਹਿਲਾ ਨੰਬਰ ਆ ਜੋ 9318031313 ਜੀ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੇ ਦੂਜਾ ਨੰਬਰ ਆ ਜੋ ਫਿਰੰਦਾ ਜੀ 9872135468 ਜੀ ਇਸ ਨੰਬਰ ਤੇ ਵੀ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਕੰਟੈਕਟ ਕਰਕੇ ਵੀਰੇ ਟਰਾਲੇ ਖਰੀਦ ਸਕਦੇ ਹੋ ਵੱਖ-ਵੱਖ ਸਾਈਜ਼ ਨੇ ਟਰਾਲਿਆਂ ਦੇ ਜੀ ਤੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਂ ਜੀ ਐਚਐਮਟੀ ਟਰੈਕਟਰ ਵਕੈ ਹੋਇਆ ਜੀ ਤੇ ਐਚਐਮਟੀ 4511 ਟਰੈਕਟਰ ਵਕੈ ਹੋਇਆ ਜੀ ਇਹ ਟਰੈਕਟਰ 1996 ਮਾਡਲ ਹੈ ਜੀ ਟਾਇਰਾਂ ਦੀ ਕੰਡੀਸ਼ਨ ਆ ਜੋ ਟਰੈਕਟਰ ਦੇ ਜੀ 60% ਕੰਡੀਸ਼ਨ ਚ ਟਾਇਰ ਪੰਨ ਜੀ ਬਾਕੀ ਵਧੀਆ ਪੂਰਾ ਸਾਫ ਹੈ ਜੀ ਟਰੈਕਟਰ ਲੈਂਡਸ ਵਿੱਚ ਵਾਕਿ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਇਹ ਏਰੀਆ ਵੀਰ ਦਾ ਕੋਟਕਪੂਰਾ ਜੀ ਰੇਟ ਵੀ ਨ ਰੱਖ ਜੋ 168000 ਰੁਪਏ ਬੀਨ ਰੇਟ ਰੱਖਿਆ ਜੀ 168000 ਰੁਪਏ ਬੀਨ ਰੇਟ ਰੱਖਿਆ ਜੀ ਬਾਕੀ ਤੁਹਾਡਾ ਮੌਕੇ ਤੇ ਮਾਨਤਨ ਹੋ ਜੇਗਾ ਜੀ ਤੇ ਵੀਰਾਂ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਆ ਜੀ 9866 5456 ਜੀ ਅਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਜੀ ਐਚਐਮਟੀ 4511 ਡਰੈਕਟਰ ਖਰੀਦ ਸਕਦੇ ਹੋ ਜੀ ਤੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਏ ਜੀ ਜੀਪ ਬਕਾਉ ਹੈ ਜੀ ਮੋਡੀਫਾਈ ਜੀਪ ਆ ਜੀ ਬਾਕੀ ਦੇਖ ਸਕਦੇ ਹੋ ਥੋੜਾ ਸਕਰੀਨ ਉੱਪਰ ਸ਼ੋਅ ਰਿਆ ਨੇ ਬਾਕੀ ਟਾਇਰ ਵਗੈਰਾ ਤੇ ਬਾਕੀ ਵਧੀਆ ਮੌਨਸਟਰ ਵਾਲੇ ਟਾਇਰ ਪਏ ਹੋਏ ਨੇ ਜੀ ਬਾਕੀ ਵਧੀਆ ਫੁੱਲ ਮੋਡੀਫਾਈ ਹੋਈ ਹੈ ਜੀ ਜੀਪ ਟਵਾਟੋ ਦਾ ਇੰਜਨ ਰੱਖਿਆ ਹੋਇਆ ਜੀ ਟਵਾਟੋ ਵਾਲਿਆਂ ਦਾ ਇੰਜਨ ਰੱਖਿਆ ਹੋਇਆ ਜੀ ਜੀਪ ਤੇ ਤੇ ਜੀਪ ਤੇ ਜੀ ਤੇ ਪਾਸਿੰਗ ਆ ਜੋ 2025 ਤੱਕ ਦੀ ਪਾਸਿੰਗ ਪਈ ਹੈ ਜੀ ਕਾਰ ਵਾਲੀ ਆਰਸੀ ਬਣੀ ਹੋਈ ਹੈ ਜੀ ਜੀਪ ਦੀ ਤੇ ਰੇਟ ਵੀ ਨ ਰੱਖਿਆ ਜੋ 430000 ਪਰ ਵੀ ਨ ਰੇਟ ਰੱਖਿਆ ਜੀ 430000 ਪਰ ਵੀ ਨ ਰੇਟ ਰੱਖਿਆ ਜੀ ਤੇ ਵੀਰ ਦਾ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 9878731041 ਜੀ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਜੀ ਮੋਡੀਫਾਈ ਜੀਪ ਖਰੀਦ ਸਕਦੇ ਹੋ ਤੇ ਅੱਗੇ ਜੋ ਸੇਲ ਵਾਸਤੇ ਲੈ ਕੇ ਆਏ ਜੀ ਫਾਰਮ ਟਰੈਕ 60 ਟਰੈਕਟਰ ਵਕਊ ਹੈ ਜੀ ਤੇ ਇਹ ਟਰੈਕਟਰ 2000 ਮਾਡਲ ਹੈ ਜੀ 2000 ਮਾਡਲ ਹੈ ਜੀ ਟਰੈਕਟਰ ਤੇ ਹਰਿਆਣਾ ਨੰਬਰ ਹੈ ਜੀ ਪੰਜਾਬ ਚ ਨਾਮ ਹੋਇਆ ਹੈ ਜੀ ਟਰੈਕਟਰ ਵੈਸੇ ਹਰਿਆਣਾ ਨੰਬਰ ਹੈ ਜੀ ਟਰੈਕਟਰ ਪਰ ਪੰਜਾਬ ਚ ਨਾਮ ਹੋਇਆ ਹੈ ਜੀ ਟਰੈਕਟਰ ਤੇ ਟਾਇਰ ਤੇ ਟਾਇਰਾਂ ਦੀ ਕੰਡੀਸ਼ਨ ਹੈ ਜੋ ਅਗਲੇ ਟਾਇਰ ਨੇ ਜੀ ਫਰੰਟ ਟਾਇਰ ਨੇ ਨਵੇਂ ਟਾਇਰ ਨੇ ਜੀ ਬੈਕ ਟਾਇਰ ਨੇ ਜੋ ਵੱਡੇ ਟਾਇਰ ਨੇ ਜੀ 45% 50% ਕੰਡੀਸ਼ਨ ਚ ਟਾਇਰ ਪੈਣੇ ਜੀ ਬਾਕੀ ਵਧੀਆ ਪੂਰਾ ਸਾਫ ਪਿਆ ਰੰਗ ਪੇਂਟ ਵਗੈਰਾ ਦਾ ਵਿਸ਼ਾਸਾ ਨੇ ਬੱਡੀ ਤੋਂ ਲੈ ਕੇ ਬਰੇ ਬੱਡੀ ਚਾਸੀ ਮਰਗਟ ਜੋ ਲਿੰਕਾਂ ਦਾ ਜੀ ਬਹੁਤ ਵਧੀਆ ਪੂਰਾ ਸਾਫ ਪਿਆ ਜੀ 올 ओरिजिनल ਪੇਂਟ ਹੈ ਜੀ ਟਰੈਕਟਰ ਤੇ ਤੇ ਬਾਕੀ ਕਿਸੇ ਵੀ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਲੀਕਿੰਗ ਵਗੈਰਾ ਨਹੀਂ ਹੈਗੀ ਜੀ ਜਾਂ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਹੈਗੀ ਜੀ ਮਾਲਕ ਵੀਰ ਬਲੋ ਟਰੈਕਟਰ ਦੀ ਪੂਰੀ ਗਾਰੰਟੀ ਹੈ ਜੀ ਏਰੀਆ ਬਿਰਦਾ ਕੋਟਕਪੂਰਾ ਜੀ ਜਲਾ ਫਰੀਦਕੋਟ ਜੀ ਏਰੀਆ ਬਿਰਦਾ ਕੋਟਕਪੂਰਾ ਜੀ ਜਲਾ ਫਰੀਦਕੋਟ ਜੀ ਰੇਟ ਵੀ ਨ ਰੱਖਜੋ 228000 ਰੁਪਏ ਵੀ ਨ ਰੇਟ ਰੱਖੇ ਜੀ 228000 ਰੁਪਏ ਵੀ ਨ ਰੇਟ ਰੱਖੇ ਜੀ ਤੇ ਵੀਰ ਦਾ ਕੰਟੈਕਟ ਨੰਬਰ ਹੈ ਜੋ ਸਕਰੀਨ ਦੇ ਉੱਪਰ ਸ਼ੋਅ ਰਿਹਾ ਜੀ 987654567 ਜੀ ਇਸ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਜੀ ਫਾਰਮ ਟ੍ਰੈਕਰ ਸਾਠ ਟਰੈਕਟਰ ਖਰੀਦ ਸਕਦੇ ਹੋ ਵੀਡੀਓ ਨੂੰ ਹੰਦ ਤੱਕ ਵੇਖਣ ਲਈ ਜੀ ਸਾਰੇ ਵੀਰਪਰਾਮੰਦਾ ਜੀ ਤੁਹਾਦੋਂ ਧੰਨਵਾਦ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਿਓ ਬਾਕੀ ਇਸ ਪ੍ਰਕਾਰ ਦੀਆਂ ਹੋਰ ਨਵੇਂ ਵੀਡੀਓ ਵੇਖਣ ਲਈ ਜੀ ਆਪਣਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ ਦੋਸਤੋ